ਸਰ ਕੱਲ ਸਦਰ ਜੀ ਦਾ ਜਿਹੜਾ ਮਾਮਲਾ ਸਾਹਮਣੇ ਆਇਆ ਜੀ ਉਸ ਬਾਰੇ ਕੀ ਕਹਿਣਾ ਚਾਹੋਗੇ? ਕੱਲ 13 ਅਕਤੂਬਰ ਦੀ ਸ਼ਾਮ ਨੂੰ ਕਰੀਬ 5:30 ਦੇ ਜਦ ਪੂਰੀ ਜ਼ਿਲ੍ਹਾ ਪੁਲਿਸ ਵੱਖ ਵੱਖ ਇਲਾਕਿਆਂ ਵਿੱਚ ਅਸੀਂ ਫਲੈਗ ਮਾਰਚ ਕੱਢ ਰਹੇ ਸੀ, ਸਾਡੇ PCR ਤੇ ਇੱਕ ਕਾਲ ਰਿਸੀਵ ਹੋਈ। ਉਹਦੇ ਵਿੱਚ ਇਨਫੋਰਮੇਸ਼ਨ ਚ ਇਹ ਹੋਇਆ ਸੀ ਵੀ ਬੈਕ ਪਛਾਣੀਆਂ ਪਿੰਡ ਵਿੱਚ ਇੱਕ ਹਾਕਮ ਸਿੰਘ ਨਾਮ ਦੇ ਬੰਦੇ ਨੂੰ ਬੇਰਹਿਮੀ ਨਾਲ ਕਿਸੇ ਨੇ ਉਹਦਾ ਕਤਲ ਕਰ ਦਿੱਤਾ ਸੀ। ਤੁਰੰਤ ਹੀ ਮੌਕੇ ਤੇ SHO ਸਦਰ ਸਬ ਇੰਸਪੈਕਟਰ ਬਲਜਿੰਦਰ ਸਿੰਘ ਤੇ CA ਸਟਾਫ ਦੀ ਟੀਮ ਪਹੁੰਚੀ ਤੇ ਤਹਿਕੀਕਾਤ ਸ਼ੁਰੂ ਕਰ ਦਿੱਤੀ। ਮੌਕੇ ਤੋਂ ਐਵੀਡੈਂਸ ਲਿਫਟ ਕਰਕੇ ਬਾਡੀ ਨੂੰ ਹਸਪਤਾਲ ਭੇਜਦਾ ਸੀ। ਇਨਵੈਸਟੀਗੇਸ਼ਨ ਕਰਦੇ ਕਰਦੇ ਸਾਨੂੰ ਪਤਾ ਲੱਗਿਆ ਮ੍ਰਿਤਕ ਨੂੰ ਮਾਰਨ ਵਾਲਾ ਇੱਕ ਜਗਸੀਰ ਏਲੀਅਸ ਸ਼ੀਰਾ ਨਾਂ ਦਾ ਬੰਦਾ ਹੈ, ਪੁੱਤਰ ਅਨੈਤ, ਤੇ ਉਹ ਬੈਕ ਗੁਜਰਾ ਦਾ ਰਹਿਣ ਵਾਲਾ ਹੈ, ਜਿਸ ਨੂੰ 24 ਘੰਟੇ ਦੇ ਵਿੱਚ ਹੀ CA ਸਟਾਫ ਅਤੇ ਸਦਰ ਜ਼ਿਲ੍ਹਾ ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਮਾਮਲਾ ਟਰੇਸ ਕਰ ਲਿਆ ਗਿਆ।